ਤਾਂ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕਾਫੀ ਸਾਰੇ ਕਾਲਰਸ ਇਸ ਟਾਈਮ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮਤਲਬ ਕੋਈ ਕੀ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਰਬਜੀਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕਰਮਜੀਤ ਸਿੰਘ ਬੋਲਦਾ ਜੀ ਗਲਾਸਗੋ ਤੋਂ। ਜੀ 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 ਕਰਮਜੀਤ ਸਿੰਘ ਕੀ ਕਹਿਣਾ ਚਾਹੋਗੇ? ਬਸ ਸਰ ਮੈਂ ਬਸ ਇਹੀ ਗੱਲ ਕਹਿਣਾ ਚਾਹੂੰਗਾ ਤੋਂ ਅੱਜ ਦਾ, ਅੱਜ ਮੇਰੇ ਜਿਹੜੇ ਮੇਰੇ ਤੋਂ ਪਹਿਲਾਂ ਆਏ ਸੀ ਭਾਜੀ, ਜੀ 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 ਉਹਨਾਂ ਦੀਆਂ ਗੱਲਾਂ ਦੇ ਨਾਲ ਮੈਂ ਸਹਿਮਤ ਹਾਂ ਬਿਲਕੁਲ ਜੀ, ਕਿਉਂਕਿ ਜੇ ਮੈਂ ਉਹਦੇ ਖਿਲਾਫ਼ ਬੋਲਦਾ ਤੁਸੀਂ ਮੇਰਾ ਫੋਨ ਕੱਟ ਦੇਣਾ, ਤੇ ਮੈਂ ਤਾਂ ਬਸ ਇਹੀ ਕਹੂੰਗਾ ਵੀ ਨਹੀਂ, ਮੈਂ ਫੋਨ ਕਿਉਂ ਕੱਟਣਾ ਜੀ? ਕਿਸ ਗੱਲ ਦੇ ਉੱਤੇ ਤੁਸੀਂ ਸਹਿਮਤ ਹੋ? ਅਸੀਂ ਮੁੱਦਾ ਰੱਖਿਆ ਹੋਇਆ ਤੁਹਾਡੀ ਗੱਲਾਂ ਸੁਣਨ ਦੇ ਲਈ, ਫੋਨ ਕੱਟਣ ਦੇ ਲਈ ਅਸੀਂ ਨਹੀਂ ਰੱਖਿਆ ਹੋਇਆ ਮੁੱਦਾ, ਅਸੀਂ ਇਹ ਦਰਬਾਰ ਤੁਹਾਡੇ ਲਈ ਰੱਖਿਆ ਹੋਇਆ, ਇਹ ਪ੍ਰੋਗਰਾਮ ਤੁਹਾਡੇ ਲਈ ਰੱਖਿਆ ਹੋਇਆ। ਨਹੀਂ ਸਰ ਤੁਸੀਂ ਜਿੰਨੇ ਵਾਰੀ ਤੁਹਾਡੇ 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 ਪੱਖ ਦੀ ਗੱਲ ਤੁਸੀਂ ਸੁਣੀ ਜਾਂਦੇ ਹੋ ਤੇ ਕਰਦੇ ਜੋ ਤੁਹਾਡੇ ਖਿਲਾਫ ਕਰਦੇ ਨੇ, ਨਾ ਤਾਂ ਅਸੀਂ ਪੱਖ ਦੀ ਗੱਲ ਕਰਦੇ, ਨਾ ਅਸੀਂ ਕਿਸੇ ਦੇ ਖਿਲਾਫ ਦੀ ਗੱਲ ਕਰਦੇ। ਅਗਰ ਤੁਸੀਂ ਸਾਡਾ ਮੁੱਦਾ ਸੁਣਿਆ ਹੋਣਾ, ਸਾਡਾ ਪ੍ਰੋਗਰਾਮ ਵੇਖਦੇ ਹੋਣੇ ਹੋ, ਜਾਂ ਫਿਰ ਤੁਸੀਂ ਸਾਡੇ ਚੈਨਲ ਨੂੰ ਵਾਚ ਕਰਦੇ ਹੋਣੇ ਹੋ, ਤਾਂ ਤੁਹਾਨੂੰ ਕਦੀ ਨਹੀਂ ਲੱਗੇਗਾ ਕਿ ਪੱਖ ਦੀ ਗੱਲ ਹੋ ਰਹੀ ਹੈ ਜਾਂ ਖਿਲਾਫ ਦੀ ਗੱਲ ਹੈ। ਜਿਹੜੀ ਗੱਲ ਬਿਲਕੁਲ ਸਹੀ ਹੈ ਉਹਨੂੰ ਸਹੀ ਦੱਸਾਂਗੇ, ਔਰ ਜਿਹੜੀ ਗਲਤ ਹੈ ਉਹਨੂੰ ਗਲਤ ਹੀ ਦੱਸਾਂਗੇ, ਔਰ ਬਿਲਕੁਲ ਔਥੈਂਟੀਕੇਟ ਕਰਕੇ ਤੁਹਾਡੇ ਰੱਖਾਂਗੇ ਜੀ, ਬਿਲਕੁਲ ਤੁਹਾਡੇ ਕੋਲ ਔਥੈਂਟੀਕੇਟ ਕਰਕੇ ਹੀ ਅਸੀਂ ਗੱਲ ਰੱਖਾਂਗੇ। ਮੈਂ ਚਾਹੁੰਦਾ ਕਿ ਤੁਸੀਂ ਅੱਜ ਦੇ ਮੁੱਦੇ ਦੇ ਉੱਤੇ ਜਿਹੜੇ ਤੁਹਾਡੇ ਫੀਡਬੈਕ ਹੈ, ਤੁਹਾਡਾ ਸੁਝਾਅ ਹੈ, ਤੁਸੀਂ ਜ਼ਰੂਰ ਰੱਖੋ। ਪਤਾ ਕੀ ਗੱਲ ਆ ਵੀ ਅਸੀਂ ਅਸੀਂ ਤੁਹਾਡੇ ਅੱਜ ਦੇ ਮੁੱਦੇ ਮੈਂ ਇਹੀ ਗੱਲ ਕਹੂੰਗਾ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪਰ ਅਸੀਂ ਤੁਸੀਂ ਹੁਣ ਫਿਰ ਉਸ ਗੱਲ ਤੇ ਨਹੀਂ ਆ ਰਹੇ, ਮੈਨੂੰ ਦੱਸੋ ਨਾ ਕਿਹੜੀ ਗੱਲ ਦੇ ਉੱਤੇ ਤੁਸੀਂ ਕਹਿ ਰਹੇ ਹੋ, ਅਸੀਂ ਫਿਰ ਤੁਹਾਨੂੰ ਜ਼ਰੂਰ ਜਵਾਬ ਦੇਵਾਂਗੇ ਉਸ ਦਾ। ਤੁਸੀਂ ਇਸ ਅੱਜ ਦੇ ਮੁੱਦੇ ਦੇ ਉੱਤੇ, ਮੈਂ ਚਾਹੁੰਦਾ ਕਿ ਸਰ ਤੁਸੀਂ ਆਪਣੇ ਅੱਜ ਦੇ ਮੁੱਦੇ ਦੇ ਉੱਤੇ ਕੋਈ ਗੱਲ ਰੱਖੋ, ਜਾਂ ਫਿਰ ਤੁਹਾਨੂੰ ਲੱਗਦਾ ਕਿ ਇਸ ਗੱਲ ਨਾਲ ਤੁਸੀਂ ਸਹਿਮਤ ਨਹੀਂ ਹੋ, ਉਹ ਰੱਖੋ, ਜਾਂ ਕੋਈ ਪਹਿਲਾਂ ਤੁਹਾਡੇ ਨਾਲ ਕੋਈ ਗੱਲ ਹੋਈ ਹੈ ਉਹ ਰੱਖੋ, ਬਟ ਮੈਨੂੰ ਲੱਗਦਾ ਕਿ ਇਸ ਟਾਈਮ ਮੈਨੂੰ ਬਹੁਤ ਸਾਰੇ ਮੇਰੇ ਕਾਲਰ ਜੁੜ ਰਹੇ ਹੋਏ ਨੇ, ਜੇਕਰ ਤੁਸੀਂ ਇਸ ਮੁਤਲਕ ਗੱਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਰੱਖੋ, ਮੈਂ ਉਹਨਾਂ ਦੀ ਕਾਲਸ ਲੈਣਾ ਚਾਹੁੰਦਾ। ਨਹੀਂ ਲੈ 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 ਤੂੰ ਉਹਨਾਂ ਦੀ ਯਾਰ, ਤੂੰ ਤੈਨੂੰ ਪਤਾ ਹੀ, ਤੈਨੂੰ ਪਤਾ ਮੇਰਾ ਪਿਆਰ। ਮੈਂ ਦਰਖਾਸਤ ਕਰਦਾ ਕਿ ਉਹਨਾਂ ਸਾਰੇ ਕਾਲਰਸ ਨੂੰ, ਔਰ ਖਾਸ ਤੌਰ 'ਤੇ ਸਰ ਤੁਹਾਨੂੰ, ਕਿ ਜੇਕਰ ਤੁਹਾਡੇ ਕੋਲ ਕੋਈ ਗੱਲ ਹੈਗੀ ਹੈ ਤਾਂ ਉਹ ਤੁਸੀਂ ਸਾਨੂੰ ਲਿਖੋ, ਨਹੀਂ ਤਾਂ ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ info@justbroadcasting.com ਦੇ ਉੱਤੇ, harkirat@justbroadcasting.com ਦੇ ਉੱਤੇ। ਲੇਕਿਨ ਤੁਸੀਂ ਬਿਨਾਂ ਤੱਥਾਂ ਦੇ ਨਾਲ, ਬਿਨਾਂ ਕਿਸੇ ਗੱਲਾਂ ਦੇ ਨਾਲ ਤੁਸੀਂ ਇੱਕ ਅਬਿਊਜ਼ ਕਿਸੇ ਨੂੰ ਨਹੀਂ ਕਰ ਸਕਦੇ, ਔਰ ਕਿਸੇ ਦੇ ਉੱਤੇ ਨਿੱਜੀ ਅਟੈਕ ਨਹੀਂ ਕਰ ਸਕਦੇ। ਇਨ ਫਿਊਚਰ ਵੀ ਤੁਸੀਂ ਧਿਆਨ ਰੱਖਿਓ ਕਿ ਨਿੱਜੀ ਅਟੈਕ ਕਰਨਾ ਸਹੀ ਨਹੀਂ ਰਹਿੰਦਾ, ਜੇਕਰ ਤੁਹਾਨੂੰ ਲੱਗਦਾ ਕਿ ਹਾਂ ਇੱਥੇ ਗੱਲ ਜਿਹੜੀ ਹੈ ਉਹ ਨਹੀਂ ਸਹੀ ਹੋਈ ਹੈ। ਲੇਕਿਨ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਹ ਜਿਹੜੀ ਗੱਲ ਬਿਲਕੁਲ ਔਥੈਂਟੀਕੇਟ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ, ਔਰ ਨਾ ਹੀ ਅਸੀਂ ਕਿਸੇ ਦੀ ਹੱਕ ਦੀ ਗੱਲ ਕਰਦੇ ਹਾਂ, ਨਾ ਹੀ ਅਸੀਂ ਕਿਸੇ ਦੇ ਖਿਲਾਫ਼ ਦੀ ਗੱਲ ਕਰਦੇ ਹਾਂ। ਫੈਸਲਾ ਤੁਸੀਂ ਕਰਦੇ ਹੋ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਲਈ ਹੀ ਬਣਾਇਆ ਗਿਆ, ਤੁਸੀਂ ਫੈਸਲਾ ਕਰਨਾ, ਤੁਸੀਂ ਹੀ ਕੰਕਲੂਜਨ ਕੱਢਣਾ। ਅਸੀਂ ਨਾ ਤਾਂ ਕੰਕਲੂਜਨ ਕੱਢਣਾ ਚਾਹੁੰਦੇ ਹਾਂ, ਨਾ ਤੁਹਾਨੂੰ ਕੰਕਲੂਜਨ ਜਿਹੜਾ ਥੋਪਣਾ ਚਾਹੁੰਦੇ ਹਾਂ, ਸਿਰਫ ਚਾਹੁੰਦੇ ਹਾਂ ਕਿ ਜੋ ਵਿਚਾਰ ਤੁਸੀਂ ਚਾਹੁੰਦੇ ਹੋ ਇਸ ਮੁੱਦੇ ਦੇ ਉੱਤੇ ਕਰਨੇ, ਉਹ ਤੁਸੀਂ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਬੋਲ ਰਿਹਾ ਜੀ ਆਪਣੇ ਬਰਮਿੰਗਮ ਤੋਂ, ਜੀ ਮੱਖਣ ਸਿੰਘ। ਜੀ ਮੱਖਣ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਤੁਹਾਡੇ ਕੋਲ ਦਾ ਐਵਰੀ ਡੇ ਦੇਖਦਾ ਤੇ ਤੁਸੀਂ ਇਹ ਜੋ ਪ੍ਰੋਗਰਾਮ ਰੱਖਿਆ ਜੀ 84 ਦੇ ਗੱਲ ਲਈ ਹੈ, ਤੁਸੀਂ ਇਸ ਤੁਹਾਡੇ ਜਿਹੜੇ ਪ੍ਰੋਗਰਾਮ ਰੋਜ਼ ਤੁਹਾਡੇ ਚੱਲਦੇ ਆ, ਤੁਸੀਂ ਕਾਲ ਜਿਹੜੀਆਂ ਲੈਂਦੇ ਆ ਜੀ ਜੀ ਕਾਲ ਤੁਹਾਡੀਆਂ ਇੱਥੋਂ ਉਹੀ ਬੰਦੇ ਸੇਮ ਬੰਦੇ ਤੁਸੀਂ ਯੂਜ਼ ਕਰਦੇ ਆ, ਸੇਮ ਬੰਦੇ ਸਾਨੂੰ ਟੈਲੀਫੋਨ ਕਰਦੇ ਆ। ਸਰ ਸਾਡੇ ਜਿਹੜੇ ਰੋਜ਼ਾਨਾ ਦੇ ਕਾਲਰਸ ਨੇ ਉਹ ਸਾਨੂੰ ਕਾਲਸ ਕਰਦੇ ਨੇ, ਅੱਜ ਤੁਹਾਡੀ ਕਾਲ ਵੀ ਆਈ ਹੈ, ਤੇ ਜੇਕਰ ਤੁਸੀਂ ਵੀ ਕਾਲ ਕਰੋਗੇ ਤਾਂ ਤੁਹਾਡੀ ਕਾਲ ਵੀ ਲਈ ਜਾਏਗੀ। ਅਸੀਂ ਨਾ ਤੇ ਕਿਸੇ ਦੀ ਕਾਲ ਪਹਿਲੇ ਚੱਕਦੇ ਆ, ਬਾਅਦ ਚ ਚੱਕਦੇ ਆ, ਰੈਂਡਮ ਕਾਲਸ ਜੋ ਸਾਨੂੰ ਆਉਂਦੀਆਂ ਸੀ ਉਹ ਜ਼ਰੂਰ ਚੱਕਦੇ। ਹੁਣ ਜਿਵੇਂ ਤੁਹਾਡੀ ਕਾਲ ਆਈ ਹੈ, ਅਸੀਂ ਚੱਕੀ ਤੁਹਾਡੀ ਕਾਲ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਜੀ। ਕੀ ਕਹਿਣਾ ਚਾਹੋਗੇ ਦੱਸੋ? ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਪ੍ਰੋਗਰਾਮ ਜਿਹੜਾ ਚੱਲਦਾ ਰੋਜ਼ ਦਾ ਚੱਲਦਾ, ਹੁਣ ਇਹ ਚੱਲਦੇ ਆਪਣੇ ਜਿਹੜੇ ਇੱਥੇ ਦਾ ਪ੍ਰੋਗਰਾਮ ਤੁਹਾਡਾ ਚੱਲਦਾ ਦੇਖਦੇ ਹਾਂ ਅਸੀਂ ਰੋਜ਼, ਉੱਥੇ ਪੰਜਾਬੀ ਜਿਹੜੇ ਆਪਣੇ ਸਾਡੇ ਭਰਾ ਬੈਠੇ ਆ ਪੰਜਾਬ 'ਚ, ਜੀ ਜੀ ਹਾਂਜੀ ਜੀ, ਉਹਨਾਂ ਦੇ ਵੀ ਸੋਚੋ ਹੋਣਾ ਕੁਛ, ਇੱਥੇ ਦਾ ਮੁੱਦਾ ਇਸ ਪ੍ਰੋਗਰਾਮ ਸੈੱਟ ਕਰ ਲੈਂਦੇ ਆ, ਉਹ ਜਿਹੜੇ ਬੈਠੇ ਉਹਨਾਂ ਦਾ ਕੀ ਹੋ ਰਿਹਾ ਜੀ 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 ਜੀ, ਉਹਨਾਂ ਦਾ ਕੌਣ ਸੋਚਦਾ ਜੀ ਜੀ ਜੀ, ਉਹਨਾਂ ਨੂੰ ਵੀ ਦੇਖੋ ਨਾ ਤੁਸੀਂ ਇੱਥੇ ਲਾ ਕੇ, ਇੱਥੇ ਜਿਹੜੇ ਆਪਣੇ ਬੰਦੇ ਵਿੱਚ ਬੈਠੇ ਆ ਉਠਾਉਂਦੇ ਹੋ, ਔਰ ਇਸ ਮੁਤਲਕ ਤੁਸੀਂ ਆਪਣਾ ਫੈਸਲਾ ਕਰਦੇ ਹੋ, ਔਰ ਇਸ ਮੁਤਲਕ ਤੁਸੀਂ ਆਪਣਾ ਕੰਕਲੂਜਨ ਕਰਦੇ ਹੋ। ਸਰ
ਮੈਂ ਨਾ ਤੇ ਨਾ ਤੇ ਅਸੀਂ ਕਿਸੇ ਹੋਰ ਦੇ ਮਸਲਿਆਂ ਦੀ ਗੱਲ ਕਰ ਰਹੇ ਹਾਂ, ਤੁਹਾਡੇ ਹੀ ਮਸਲੇ ਨੇ ਸਰ, ਤੁਸੀਂ ਹੀ ਇਹਨਾਂ ਮਸਲਿਆਂ ਤੋਂ ਗੱਲ ਕਰ ਰਹੇ ਹੋ। ਬਿਲਕੁਲ ਸਾਡੇ ਮਸਲੇ ਆ, ਪਰ ਇਹ ਮਸਲੇ ਤੁਸੀਂ ਜਿਹੜੇ ਆਪਣੇ, ਮੈਂ ਚਾਹੁੰਦਾ ਕਿ ਸਰ ਤੁਸੀਂ ਅੱਜ ਦੇ ਮੁੱਦੇ ਦੇ ਉੱਤੇ ਜੇਕਰ ਤੁਹਾਡੀ ਕੋਈ ਪ੍ਰਤੀਕਰਮ ਹੈ ਜਾਂ ਇਸ ਤੋਂ ਪਹਿਲਾਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਜ਼ਰੂਰ ਕਰਿਓ। ਤੁਸੀਂ ਮੈਨੂੰ ਮੇਲ ਕਰ ਦਿਓ, ਅਸੀਂ ਉਸ ਉਸ 'ਤੇ ਗੱਲ ਕਰ ਲਾਂਗੇ। ਮੈਂ ਜਿਹੜੇ ਹੋਰ ਕਾਲਰਸ ਨੇ ਉਹਦਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ। info@justbroadcasting.com, harkirat@justbroadcasting.com ਦੇ ਉੱਤੇ ਤੁਸੀਂ ਮੈਨੂੰ ਲਿਖ ਸਕਦੇ ਹੋ ਜੀ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਅਸੀਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ, ਮੈਂ ਲੰਡਨ ਤੋਂ ਬੋਲਦੀ ਹਾਂ। ਅੱਜ ਦੇ ਮੁੱਦੇ ਤੇ ਮੈਂ ਆਨੀ ਹਾਂ। ਸਮ ਆਫ ਯੂਰ ਕਾਲਰਸ ਆਰ ਵੇਸਟਿੰਗ ਟਾਈਮ। ਜੀ 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 ਜੀ, ਆਰਗਿਊ ਕਰਦੇ ਆ, ਦੇ ਆਰ ਨੋਟ ਸਟਿਕਿੰਗ ਟੂ ਦ ਟੌਪਿਕ। ਜੀ ਜੀ, ਗੱਲ ਆਇਆ, ਕਹਿੰਦੇ ਹੁੰਦੇ ਆ, ਇਫ ਯੂ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ। ਸੋ ਜਿਹੜਾ ਆਹ ਕਹਿੰਦੇ ਆ ਫਾਸਟ ਟਰੈਕ ਕਰੂਗੇ, 34 ਸਾਲ ਇਹਨਾਂ ਨੂੰ ਲੱਗੇ ਆ ਜਸਟਿਸ ਦੇਣ ਨੂੰ, ਤੇ I don't believe in their system. ਤੇ ਆਹ ਭਾਜੀ ਸਿਰਫ ਤਾਂ ਹੋ ਰਿਹਾ ਆ ਫਾਸਟ ਟਰੈਕ, ਇੱਥੇ ਰੈਫਰੈਂਡਮ 2020 ਹੋਇਆ ਸੀਗਾ, ਐਂਡ ਇਟ ਵਾਸ ਵੈਰੀ ਸਕਸੈਸਫੁਲ, ਬਹੁਤ ਭੀੜ ਹੋਈ ਸੀ ਇੱਥੇ, ਤੇ ਬਹੁਤ ਨਾਈਸਲੀ ਓਰਗਨਾਈਜ਼ ਹੋਇਆ ਸੀਗਾ। ਇਹਨਾਂ ਨੇ 3 ਲੈਟਰਾਂ ਇੱਥੇ ਪਾਈਆਂ ਕਿ ਇਹਨਾਂ ਨੂੰ ਕਰਨ ਨਾ ਦਿਓ, ਤੇ ਅਮੈਰੀਕਾ ਤੋਂ ਵੀ ਸਿੱਖ ਆਏ ਸੀਗੇ, ਤੇ ਬਹੁਤ ਸਕਸੈਸਫੁਲ ਹੋਇਆ, ਐਂਡ ਆਈ ਕੈਨ ਨੋਟ ਵੇਟ ਟਿਲ ਰੈਫਰੈਂਡਮ 2020, ਤੇ ਜਿਹੜੇ ਵੀ ਸਾਰੇ ਸੁਣਦੇ ਆ ਤੇ ਸਾਰੇ 2020 ਉਹ ਸਪੋਰਟ ਕਰਨ। ਰੈਫਰੈਂਡਮ ਨੇ ਇਹਨਾਂ ਨੂੰ ਹਿਲਾ ਕੇ ਰੱਖਤਾ, ਹੁਣ ਫਾਸਟ ਟਰੈਕ ਕਰ ਰਹੇ, ਤੇ ਤੁਹਾਡਾ ਸ਼ੋਅ ਬਹੁਤ ਸੋਹਣਾ ਹੁੰਦਾ, ਮੇਰੇ ਹਸਬੈਂਡ ਐਵਰੀ ਡੇ ਦੇਖਦੇ, ਉਹ ਤਾਂ ਫੋਨ ਕਮਾਉਂਦੇ ਨੀ, ਮੈਂ ਫੋਨ ਕਮਾਇਆ, ਤੇ ਤੁਹਾਡੇ ਨਾਲ ਆਰਗਿਊ ਨਾ ਕਰਿਆ ਕਰਨ, ਟਾਈਮ ਨਾ ਵੇਸਟ ਕਰਿਆ ਕਰਨ। ਥੈਂਕ ਯੂ ਸੋ ਮਚ। ਦਰਖਾਸਤ ਕਰਦਾ ਆਪਣੇ ਸਾਰੇ ਦਰਸ਼ਕਾਂ ਨੂੰ, ਤੁਸੀਂ ਇਹ ਸ਼ੋਅ ਤੁਹਾਡੇ ਕਰਕੇ ਹੀ ਡਿਜ਼ਾਈਨ ਕੀਤਾ ਗਿਆ, ਤੁਹਾਡਾ ਆਪ ਦਾ ਸ਼ੋਅ ਹੈ, ਇਹ ਕਿਸੇ, ਠੀਕ ਹੈ ਮੰਨਦੇ ਹਾਂ ਕਿ ਜਸ ਬ੍ਰੋਡਕਾਸਟਿੰਗ ਇਸ ਸ਼ੋਅ ਨੂੰ ਲਾਂਚ ਕੀਤਾ, ਉਹ ਤੁਹਾਡੇ ਲਈ ਇੱਕ ਪਲੇਟਫਾਰਮ ਬਣਿਆ ਕਿ ਜਿੱਥੇ ਤੁਸੀਂ ਆਪਣੀ ਗੱਲਾਂ ਨੂੰ ਰੱਖ ਸਕਦੇ ਹੋ, ਅੱਜ ਤੁਸੀਂ ਘਰ ਦੇ ਵਿੱਚ ਬਹਿ ਕੇ ਵਿਚਾਰ ਵਟਾਂਦਰਾ ਕਰਦੇ ਹੋ, ਅੱਜ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਇਹ ਗੱਲ ਹੋ ਰਹੀ ਹੈ, ਔਰ ਗੱਲ ਹੋ ਰਹੀ ਹੈ ਤਾਂ ਕਿੱਥੇ ਨਾ ਕਿੱਥੇ ਜਿਹੜੀ ਆਵਾਜ਼ ਹੈ ਉਹ ਕੰਨਾਂ ਤੱਕ ਜਾ ਰਹੀ ਹੈ, ਪਤਾ ਚੱਲ ਰਿਹਾ ਤੁਹਾਡੇ ਦਰਦ, ਤੁਹਾਡੇ ਜਜ਼ਬਾਤ, ਤੁਹਾਡੇ ਫੀਡਬੈਕ, ਤੁਹਾਡੇ ਸੁਜੈਸ਼ਨਸ ਉਹਨਾਂ ਦੇ ਕੰਨਾਂ ਤੱਕ ਪਹੁੰਚ ਰਹੇ ਨੇ, ਔਰ ਅਸੀਂ ਵੀ ਜ਼ਰੀਆ ਬਣੇ ਹਾਂ, ਇਸੇ ਕਰਕੇ ਇਹ ਪ੍ਰੋਗਰਾਮ ਨੂੰ ਡਿਜ਼ਾਈਨ ਕੀਤਾ ਗਿਆ। ਤੁਸੀਂ ਆਪਣੀ ਗੱਲ ਨੂੰ ਰੱਖਿਆ ਕਰੋ। ਮੈਂ ਚਾਹੁੰਦਾ ਕਿ ਜੇਕਰ ਤੁਹਾਨੂੰ ਕੋਈ ਫੀਡਬੈਕ ਦੇਣਾ ਕਿ ਤੁਸੀਂ ਚਾਹੁੰਦੇ ਹੋ ਕਿ ਇਹ ਗੱਲਾਂ ਜਿਹੜੀ ਹੈ ਨਹੀਂ ਹੋ ਪਾਈਆਂ ਜਾਂ ਹੋਣੀ ਚਾਹੀਦੀਆਂ ਹਨ, ਤਾਂ ਤੁਸੀਂ ਮੇਲ ਕਰ ਦਿਆ ਕਰੋ, 2 ਮਿੰਟ ਲੱਗਦਾ ਸਿਰਫ ਮੇਲ ਲਿਖਣੇ ਨੂੰ, ਲਿਖੋ ਮੇਲ ਔਰ ਕਹਿ ਦਿਓ ਸਾਨੂੰ, ਔਰ ਲਿਖ ਦਿਓ ਆਪਣੀ ਗੱਲ ਨੂੰ, ਅਸੀਂ ਜ਼ਰੂਰ ਰਿਪਲਾਈ ਕਰਾਂਗੇ, ਔਰ ਅਸੀਂ ਹਮੇਸ਼ਾ ਰਿਪਲਾਈ ਕਰਦੇ ਵੀ ਹਾਂ ਜਿਹੜੇ ਸਾਨੂੰ ਮੇਲ ਲਿਖਦੇ ਹਨ, ਚਾਹੇ ਉਹ ਜਿਹੜੇ ਸਾਡੇ ਰੋਜ਼ਾਨਾ ਦੇ ਕਾਲਰਸ ਹੋਣ। ਜੇਕਰ ਉਹ ਗੱਲ ਰੱਖਣਾ ਚਾਹੁੰਦੇ ਹੈ ਤਾਂ ਤੁਸੀਂ ਨੋਟ ਕਰ ਲਓ, ਕਾਪੀ ਪੈਨ ਆਪਣੇ ਕੋਲ ਰੱਖ ਲਓ, info@justbroadcasting.com, harkirat@justbroadcasting.com ਦੇ ਉੱਤੇ ਤੁਸੀਂ ਲਿਖ ਕੇ ਆਪਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਔਰ ਮੈਂ ਦਰਖਾਸਤ ਕਰਦਾ ਉਹਨਾਂ ਕਾਲਰਸ ਨੂੰ ਕਿ ਤੁਸੀਂ ਜਿਹੜਾ ਮੁੱਦਾ ਹੁੰਦਾ ਉਸ ਮੁਤਲਕ ਆਪਣੇ ਵਿਚਾਰ ਦਿਆ ਕਰੋ, ਜੇਕਰ ਅਜਿਹੀਆਂ ਗੱਲਾਂ ਤੁਸੀਂ ਕਰਨੀ ਹੈ ਤਾਂ ਤੁਸੀਂ ਮੈਨੂੰ ਮੇਲ ਕਰ ਦਿਓ, ਅਸੀਂ ਜ਼ਰੂਰ ਉਸਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ, ਤੁਹਾਨੂੰ ਰਿਪਲਾਈ ਬੈਕ ਕਰਾਂਗੇ। ਮੈਂ ਉਹਨਾਂ ਕਾਲਰਸ ਨੂੰ ਅਪੋਲੋਜਾਈਜ਼ ਕਰਨਾ ਚਾਹੁੰਦਾ ਜਿਹੜਾ ਕਾਲਰਸ ਦੀ ਮੈਂ ਫੋਨ ਕਾਲਸ ਨੂੰ ਨਹੀਂ ਚੱਕ ਪਾਇਆ ਔਰ ਉਹ ਕਾਲ ਸਾਨੂੰ ਕਰ ਰਹੇ ਸੀਗੇ, ਕਿਉਂਕਿ ਮੈਨੂੰ ਸਮਾਂ ਇਸ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ। ਮੈਂ ਸੀਗਾ ਹਰਕੀਰਤ ਸਿੰਘ ਆਹਲੂਵਾਲੀਆ, ਦਵੋ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।